ਵਾਹ ਸਮਝਿ ਜਾਓ ਮਹਾਰਾਜ ਦੇ ਘਰ ਤੇ ਆਪਣਾ ਜੀਵਨ ਥਬਰਾ ਕਰੀਏ ਵਾਹੇ ਉਰ ਵਾਹੇ ਜੋ ਜਲ ਜਿਹਾ ਜਿਹਾ ਸੀ ਅਨੰਦਪੁਰ ਸਾਹਿਬ ਵਾਪਸੀ ਜਦੋਂ ਗੁਰੂ ਸਾਹਿਬ ਦੀ ਵਾਪਸੀ ਹੋਈ ਆ ਗੁਰੂ ਗੋਬਿੰਦ ਸਿੰਘ ਜੀ ਦੇ ਉਦੇਵਾਰੇ ਵਿਚਾਰ ਕਰੀਏ ਪਹਾੜਾਂ ਦੇ ਜੁੱਧ ਜਿੱਤਣ ਤੋਂ ਬਾਅਦ ਲਗਭਗ 4 ਸਾਲ ਦੇ ਸਮੇਂ ਬਾਅਦ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਵਾਪਸ ਆਨਪੁਰ ਸਾਹਿਬ ਆ ਗਏ ਗੁਰੂ ਸਾਹਿਬ ਜੀ ਦੀ ਵਾਪਸ ਆ ਕੇ ਦੇਖਿਆ ਅਨੰਦਪੁਰ ਸਾਹਿਬ ਦੇ ਕਾਫੀ ਅਸਦੀ ਇਥੋਂ ਜਾ ਚੁੱਕੇ ਸਨ ਦਿੱਤਾ ਕਾਰਨ ਇਹ ਜੀ ਗੁਰਸਾ ਜੀ ਦੀ ਗਰਹਾ ਦੇ ਵਿੱਚ ਬਾੜੀ ਰਾਜਾ ਵੱਲੋਂ ਉਹਨਾਂ ਨੂੰ ਡਰਾਇਆ ਜ਼ਬ ਗਿਆ ਜਾਂਦਾ ਸੀ ਪਰ ਗੁਰਸਾ ਜੀ ਦੇ ਵਾਪਸ ਆਉਣ ਨਾਲ ਰਾਣਪੁਰ ਸਾਹਿਬ ਗਏ ਫਿਰ ਤੋਂ ਵੜੀ ਉਹਨਾਂ ਦਾ ਲਗਣੀ ਸ਼ੁਰੂ ਹੋ ਗਈਆ ਤੇ ਇਥੋਂ ਦੀ ਆਬਾਦੀ ਵਿੱਚ ਵੀ ਮਾਰੀ ਵਾਤਾ ਹੋਇਆ ਗੁਰਸਾਹਿਬ ਜੀ ਦਾ ਗੁਰਸਾਹਿਬ ਜੀ ਜਾਣਦੇ ਸਨ ਕਿ ਅੱਗੇ ਹੁਣ ਹੂਣ ਵਾਲੇ ਜਨ ਸਾਨੂੰ ਅਨੰਤਪੁਰ ਸਾਹਿਬ ਵਿਖੇ ਰਹਿ ਕੇ ਹੀ ਘੜ ਲੜਦੇ ਹਨ ਪੈਣਗੇ ਉਸ ਲਈ ਅਨੰਤਪੁਰ ਸਾਹਿਬ ਦੀ ਦੀ ਸੁਰੱਖਿਆ ਤੋਂ ਨੂੰ ਜੀਕੇ ਜੀ ਬਣਾਉਣ ਲਈ ਗੁਰਸਾਹਿਬ ਜੀ ਨੇ ਅਨੰਤਪੁਰ ਸਾਹਿਬ ਵਿਖੇ 6 ਕਿਲੇ ਦੀ ਉਤਾਰੀ ਕਰਵਾਈ ਜਿਨ੍ਹਾਂ ਦੇ ਨਾਮ ਹਨ ਹੋਲਗੜ ਲੋਹਗੜ ਕੇਜਗੜ ਪੋਤੇ ਗੜ ਅਨੰਦਗੜ ਅਤੇ ਤਾਰਾਗੜ ਇਹਨਾਂ ਦੇ ਜੇਲੇ ਆਦੇ ਬਨਨ ਨਾਲ ਨੰਦਪੁਰ ਸਾਹਿਬ ਦੀ ਸੁਰੱਖਿਆ ਬਹੁਤ ਮਜ਼ਬੂਤ ਹੋ ਗਈ ਇਸ ਤੋਂ ਬਾਅਦ ਦੂਸਰਾ ਕੇਲਾ ਨੰਦਪੁਰ ਸਾਹਿਬ ਦੇ ਸੁਰੱਖਿਆ ਨਹੀਂ ਬਰਬਤ ਵਾਂ ਖੜਾ ਸੀ ਹੋਲੀਆ ਹੋਲੀ ਹੋਲੀ ਦੀ ਸਾਦੇ ਹੋਲਾ ਬਾਲਾ ਬੜੀ ਵਾ ਨੇਕੀ ਦੀ ਜਿੱਤ ਦਾ ਤਿਵਾਰ ਹੋਲੀ ਦੀ ਰੂਪ ਵਿੱਚ ਇਹ ਇੱਕ ਦੂਜੇ ਤੇ ਚੱਕਰ ਸਵਾ ਅਤੇ ਰੰਗ ਆਲ ਪਾ ਕੇ ਆਜਾਦਾ ਸੀ ਜੋ ਕਿ ਜ਼ਿਆਦਾਤਰ ਕਈ ਤਰ੍ਹਾਂ ਦੀਆ ਲੜਾਈਆਂ ਚੜਿਆ ਤਿਆ ਅਤੇ ਬੁਰਾਈਆਂ ਦਾ ਕਾਰਨ ਬਣਦਾ ਸੀ ਗੁਰੂ ਸਾਹਿਬ ਜੀ ਨੇ ਸਿਖਾਉਣਾ ਹੋਲੀ ਹੋਲੀ ਨੌਂ ਤੋਂ ਮਨਾ ਕਰ ਦਿੱਤਾ ਅਤੇ ਕਿ ਸਾਡੇ ਸੇ ਹੋਲੀ ਨਹੀਂ ਬਲਕੇ ਔਲਾ ਬਾਲਾ ਮਨਾਉਣਗੇ ਔਲਾ ਦਾ ਅਰਥ ਹੈ ਹਮਲਾ ਤੇ ਮਹੱਲੇ ਦਾ ਅਰਥ ਹੈ ਹਮਲੇ ਦੀ ਥੋਂ ਗੁਰਸਾਹਿਬ ਜੀ ਦੇ ਸਿਕਾ ਜਾਂ ਸਿਕਿਆ ਦੇ ਦੋ ਟੋਲੀਆਂ ਬਣਾ ਕੇ ਉਹਨਾਂ ਵਿੱਚ ਨਕਲੀ ਯੁੱਧ ਕਰਵਾਏ ਸਿਖਾ ਦੇ ਆਪ ਵਿੱਚ ਗੱਤ ਬੁਰੋ ਕਾਬਿਲੇ ਕਰਾਏ ਅਤੇ ਜੇਤੂਆਂ ਨੂੰ ਉਤਸ਼ਾਹਤ ਕਰਨ ਲਈ ਆਪ ਅਨਾਵੰਡੇ ਇਹ ਸਾਰੇ ਗੁਰੂ ਸਾਹਿਬ ਜੀ ਨੇ ਹੋਰ ਵੀ ਕਈ ਤਰ੍ਹਾਂ ਦੇ ਜੱਗੀ ਅਭਿਆਸ ਦੇ ਵੀਰ ਰਸ ਪਾਲੀਆਂ ਖੇਡਾਂ ਕਰਾਈਆਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਿਖਾਵਾਂ ਜੀ ਵੀਰ ਰਸ ਭਰ ਲਈ ਹੌਲੀ ਨੂੰ ਹੌਲੇ ਬਹਲੇ ਵਿੱਚ ਬਹਾਦਰਤਾ ਜੋ ਕਿ ਹਾਈ ਤੱਕ ਹੀ ਵੀ ਹੋਲੇ ਵਾਲੇ ਦਾ ਹੈ ਤਿਵਾਰ ਰਤਪੁਰ ਸਾਹਿਬ ਕੇ ਬੜੀ ਸ਼ਰਧੀ ਗਲਾ ਦਾ ਮਾਣ ਜਾਂਦਾ ਹੈ ਨਦੌਂ ਰਤੇ ਉਸਾਨੀ ਦਾ ਜੋਤ ਪਹਾੜੀ ਰਾਜਾ ਨੇ ਕਈ ਸਾਲਾਂ ਤੋਂ ਔਰੰਗਜ਼ੇ ਨੂੰ ਖਰਾਜ ਨਹੀਂ ਸਿਤਾਇਆ ਔਰੰਗਜ਼ੇ ਨੇ ਬਾਅਦ ਤਾਲ ਮੀਆਂ ਖਾਨ ਨੂੰ ਹੋਜ ਦੇ ਕੇ ਖਰਾਜ ਲੈਣ ਲਈ ਭੇਜਿਆ ਪਰ ਉਸ ਲੋ ਕੇ세 ਘਰ ਅਸ਼ਵੀ ਨੂੰ ਜਾਣਾ ਪਿਆ ਤਉ ਉਸਨੇ ਆਪਣੇ ਭਤੀਜੇ ਅਲਮ ਖਾਨ ਨੂੰ ਹੋਇ ਦੇ ਕੇ ਭਾੜੀ ਰਾਜਾ ਤੋਂ ਖਰਾਜ ਲੈ ਲਈ ਇਸ ਤਰ੍ਹਾਂ ਰਾਜਾ ਪੀਮਜਾ ਰਣ ਦੇ ਦੀ ਪAuditEvent ਚਰਾਈ ਨੂੰ ਦੇਖ ਕੇ ਡਰ ਗਿਆ ਤਉ ਉਸਨੇ ਉਸ ਸਾਜੀ ਤੋਂ ਸਾਇਸਾ ਮੰਗੀ ਉਸ ਸਾਜੀ ਉਹਦੀ ਪਿਛਲੀ ਕਰਤੂਤ ਉਰਾ ਕੇ ਦੁਲ ਘਰ ਦੀ ਬਰਾਦਾ ਸਰ ਨਾਇ ਦੀ ਲਾਜ ਰੱਖਣ ਦੇ ਵਜ੍ਹਾ ਅਨਸਾਰ ਉਸ ਦੀ ਸਾਇਸਾ ਕਰਨ ਲਈ ਤਿਆਰ ਹੋ ਗਏ ਸੰਯੁਗ 3448 ਮਿੰਟ ਨੂੰ ਜੰਮ ਪਰ ਨੇੜੇ ਜੰਗ ਹੋਇਆ ਜਿਸ ਵਿੱਚ ਹਰਫਾ ਸਬਰ ਨਾ ਹੋ ਚੁ ਗਿਆ ਤੇ ਉਹ ਜੰਗ ਦੇ ਵਿੱਚੋਂ ਆਪਣੀ ਜਾਨ ਬਚਾ ਕੇ ਭੱਜ ਗਿਆ ਤੇ ਜੇਤ ਉਸਾਰ ਦੀਦੀ ਹੋਏ ਇਸ ਤੋਂ ਬਾਅਦ ਲਾਹੌਰ ਦੇ ਸੁਬਜ਼ਾਰ ਦਲਾਵਰ ਆਨੇ ਆਪਣੇ ਪਤਨ ਉਸਤਿਕਾ ਅਤੇ ਹੋਜਦਾਰ ਉਹਨਾਂ ਨੂੰ ਆਉਂਦੇ ਦੇ ਉਸ ਸਾਹਿਬ ਜੀ ਉੱਪਰ ਹਮਲਾ ਕਰਨ ਲਈ ਭੇਜਿਆ ਰਾਜਾ ਵੀ ਚਾਲ ਯਕਰਪਾਲ ਚੰਦ ਤੇ ਕੁਝ ਹੋਰ ਫਾੜੀ ਰਾਜੇ ਹੋ ਬੇਵਲ ਵਾਈ ਕਰ ਕਰਦੀ ਹੋਏ ਬੇਵਫਾਈ ਰਾਜਾ ਫਿਰ ਬੇਵਫਾਈ ਕਰਦੇ ਹੋਏ ਫੌਜਦਾਰ ਹੁਸੈਨੀ ਖਾਨ ਆਤ ਰਲ ਗਏ ਕਮਸਾਨ ਦਾ ਜੰਗ ਹੋਇਆ ਅਤੇ ਇਸ ਜੰਗ ਵਿੱਚ ਫੌਜਦਾਰ ਹੁਸੈਨ ਖਾਨ ਉਸ ਦੇ ਦੋ 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 ਸਰਦਾਰ ਰਾਜਾ ਕਿਰਪਾਲ ਚੰਦ ਤੇ ਪਹਾੜੀ ਰਾਜਾ ਦੇ ਕੁਝ ਹੋਰ ਸਰਦਾਰ ਮਾਰੇ ਗਏ ਹਾ ਤਾਂ ਜਿੱਤ ਗੁਰਸਾਹਿਬ ਜੀ ਦੀ ਹੋਈ ਗੁਰਸਾਹਿਬ ਜੀ ਦੀ ਇਹ ਜਿੱਤ ਤੋਂ ਬਾਅਦ ਅਰੰਭ ਦੇ ਵਿੱਚ ਗੁਰਸਾਹਿਬ ਜੀ ਦੀਆਂ ਵੱਧ ਰਹੀਆਂ ਗਤੀਵਿਧੀਆਂ ਨੂੰ ਰੋਕਣ ਦੇ ਕਾਰਨ ਲਾਲ ਆਪਣੇ ਪੁੱਤਰ ਸਰਦਾਰ ਦਾ ਮੌਜੂਦ ਨੂੰ ਹੋਜ ਦੇ ਕੇ ਗੁਰਸਾਹਿਬ ਜੀ ਉੱਪਰ ਹਮਲਾ ਕਰਨ ਲਈ ਭੇਜਿਆ ਸਰਦਾਰ ਦਾ ਮੌਜੂਦ ਨੇ ਬੰਨ੍ਹ ਪਾੜੀ ਰਾਜਾਂ ਦੇ ਹਮਲਾ ਕਰਕੇ ਅਨੁਸੋਧਿਆ ਅਜੇ ਫਿਰ ਜਦੋਂ ਉਹ ਗੁਰੂ ਗੋਬਿੰਦ ਸਿੰਘ ਜੀ ਉੱਪਰ ਹਮਲਾ ਕਰ ਲਗਾ ਤਾਂ ਬਾਈ ਨੰਦਰਾ ਜੀ ਜੋ ਕਿ ਸਿਆਦਾ ਮੌਜਮ ਹੋਣ ਚਿੱਦੇ ਤੌਰ ਤੇ ਨਕਲੀ ਕਰ ਰਹਿਦਾ ਅਲੇ ਪੱਲਾ ਅਨਪੁਰਸਾ ਕੋਈ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਵੀ ਇੱਕ ਅਸਤ ਲੈ ਕੇ ਗਏ ਸਨ ਉਹਨਾਂ ਨੇ ਸਦਾਦਾ ਮੌਜਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰੋਹਾਨੀ ਅਜ਼ਮਤ ਬਾਰੇ ਇਸ ਤਰੀਕੇ ਨਾਲ ਸਮਝਾਇਆ ਕਿ ਜਦੋਂ ਆਧੁਮ ਦੇ ਗੁਰਸਾਹਿਬ ਜੀ ਉੱਪਰ ਹਮਲਾ ਕਰਨ ਲੱਗਾ ਰੱਦ ਕਰ ਦਿੱਤਾ ਤੇ ਵਾਪਸ ਮੁੜ ਗਿਆ ਬਸੰਦਾ ਰਸਾ ਬੰਦ ਕਰ ਦੇ ਮਸੰਦ ਪਥਾ ਬੰਦ ਕਰੇ ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਾਈ ਮੰਜੀਆਂ ਤੇ ਬੂਝ ਪੀੜੇ ਸਾਭੀ ਤੇ ਸਾਰਾ ਤੇ ਹਨੇ ਸਿੱਖੀ ਦੇ ਪ੍ਰਚਾਰ ਵਿੱਚ ਬਹੁਤ ਯੋਗਦਾਨ ਪਾਇਆ ਸੀ ਫਿਰ ਗੁਰੂ ਰਾਮਦਾਸ ਜੀ ਨੇ ਇਸੇ ਪ੍ਰਚਾਰ ਪ੍ਰਸਾਰ ਨੂੰ ਹੋਰ ਵਧਾਉਣ ਲਈ ਉਹ ਸੰਤ ਸਾਧ ਪੇ ਜੋ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਸੱਚਾ ਤੋਂ ਦੇ ਸੰਗਲਿ ਇਕੱਠਾ ਕਰਕੇ ਗੁਰਕਾਰ ਪਹੁੰਚਾਇਆ ਕਰਦੇ ਸਨ ਪੰਜਵੇਂ ਛੇਵੇਂ ਸੱਤਵੇਂ ਗੁਰਸਾਈਬਾਹ ਜੀ ਨੇ ਫਿਰ ਇਹਨਾਂ ਮੁਸਲਮਾਨਾਂ ਨੇ ਵੜੀ ਸ਼ਕਤੀ ਕਲਾ ਦਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਦੇ ਗੁਰ ਤੇਗ ਬਹਾਦਰ ਜੀ ਸਿੰਧੋਸਤਾਨ ਦੇ ਦੂਸੇ ਲਾ ਕੇ ਪ੍ਰਚਾਰ ਪ੍ਰਸਾਰ ਕੰਮ ਤੇ ਲੱਗੇ ਰਹੇ ਅਤੇ ਇਹਨਾਂ ਮਸੰਦਾਂ ਵੱਲ ਕੋਈ ਧਿਆਨ ਨਾ ਦੇ ਸਕੇ ਸੋ ਇਸ ਸਮੇਂ ਦੌਰਾਨ ਪਿਵ ਸੰਗਤ ਦੀ ਮਿਆਦਾ ਤਾਂ ਦਾ ਖਾਕੇ ਇਨੇ ਪ੍ਰੇਜ ਹੋ ਗਏ ਉਹਨਾਂ ਦੇ ਦੀਰਜ ਕੋਈ ਕੋਈ ਤਰ੍ਹਾਂ ਪਿਆਰਿਆ ਗਿਆਈਸਾ ਰੂਹ ਗਿਆਰਾਟਾ ਆ ਗਿਆ ਅਤੇ ਉਹ ਗੁਰੂ ਦੇ ਰਸ ਨੂੰ ਆਪਣੀ ਨੇਤੀ ਜਾਇਦਾਦ ਸਮਝਣ ਲੱਗ ਪਏ ਉਸ ਨਾਲ ਮਨ ਮੰਨਿਆ ਆਸ਼ਾ ਕਰਨ ਲੱਗ ਪਏ ਸਿੱਖਾਂ ਦੇ ਪ੍ਰਚਾਰ ਪ੍ਰਸਾਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਖੀਬੂ ਫਲਾਨ ਵਾਲੇ ਮਨਮਤ ਦੇ ਬੁਰਾਈਆਂ ਫਲਾਨ ਦਾ ਕਾਰਨ ਬਣ ਗਏ। ਜਦੋਂਤਾ ਮਜ਼ਮੂਲਾਰ ਸੁਲਾ ਹੋਣ ਤੋਂ ਬਾਅਦ ਸਭ ਗੁਰਗਨ ਸਮਝੀ ਜਿਉ ਕੋਈ ਸ਼ਾਂਤੀ ਦਾ ਸਾਮਿਲਿਆ। ਤਹਰਾ ਨੇ ਤਲੋ ਮਸੰਦਾਂ ਦੇ ਦੀਨ ਵਿੱਚ ਆਇਆ। ਇਹਨਾਂ ਗੈਰਾਫਤ ਲਪਤਾ ਲਗਾ। ਤਾਂ ਆਜਿ ਨੇ ਹੁਕਮ ਕਰ ਦਿੱਤਾ ਕਿ ਸਾਰੇ ਮਸੰਦਾਂ ਨੂੰ ਜਾਣਿਆ ਪੜਕੇ ਹਾਲੇ ਗੁਰੂ ਪੇਸ਼ ਕੀਤਾ ਜਾਵੇ ਉਸ ਇਕ ਸੰਗਤਾਂ ਵੱਲੋਂ ਸਾਹਵੇਂ ਸੰਦਾਨੂ ਗਾਣੇ ਪੜਕੇ ਉਸਾ ਜੀ ਕੋਲ ਪੇਸ਼ ਕੀਤਾ ਗਿਆ ਆਜਾ ਗੁਰੂ ਸਾਹਿਬ ਜੀ ਨੇ ਸਭ ਸੰਗਤਾਂ ਨੂੰ ਸੰਦਾਨੂ ਬੜੀਆਂ ਸਖਤ ਸਜ਼ਾਵਾ ਦਿੱਤੀਆ ਲੰਬੇ ਅਰਾ ਲਾ ਕੇ ਲੈ ਸੰਦ ਭਾਈ ਫਿਰ ਜੀ ਬੜੇ ਧਰਮੀ ਅਤੇ ਸੱਚੇ ਸਿਕਾਣ ਉਸਾ ਜੀ ਦੇ ਹੁਕਮਜ਼ਾਦ ਕਿਵੇਂ ਸਿੱਖ ਲਈ ਉਹਨਾਂ ਦਾੜੀਓ ਫੜਨੀ ਹਿੰਮਤ ਰੱਖਾਵੇ ਕਿਉਂਕਿ ਉਹਨਾਂ ਦੇ ਸੱਚੇ ਸੁੱਚੇ ਕਰਤਾਰ ਕਰਕੇ ਪੂਰੀ ਇਲਾਕੇ ਵਿੱਚ ਉਹਨਾਂ ਦਾ ਬੜਾ ਮਨ ਸਤਕਾਰ ਮਾਨ ਤਤਕਾਰ ਸੀ ਭਾਈ ਸਾਹਿਬ ਦੀ ਸਿੱਖਾਂ ਨੂੰ ਕਹਣ ਲੱਗੇ ਕਿ ਉਹ ਗੁਰੂ ਸਾਹਿਬ ਜੀ ਦੇ ਹੁਕਮਜ਼ਾਦ ਉਸ ਦਾੜੀਓ ਫੜ ਕੇ ਗੁਰੂ ਸਾਹਿਬ ਜੀ ਕੋਲ ਪੇਸ਼ ਕਰ ਅਜੇ ਗੁਰੂ ਹਕਮਤੋ ਵੇ ਬੁਕਰ ਦਾ ਹੋਣ ਵਰੋਸੇ ਕਹਿੰਦੇ ਕਿ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਹੋ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਅਸੀਂ ਆਪੇ ਜਾ ਕੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗ ਲਵਾਂਗੇ ਜਦੋਂ ਪਾਈ ਫਿਰੂ ਜੀ ਦੇ ਕਹਿੰਦੇ ਵੀ ਇਸ ਦਿਨ ਉਹਨਾਂ ਨੂੰ ਜਾੜੀ ਨਾ ਪੜਿਆ ਤਾਂ ਗੁਰੂ ਜੀ ਦੇ ਹੁਕਮਸਾਹ ਆਪਨੀ ਦਾੜੀ ਆਪੇ ਪੜ ਕੇ ਉਹ ਇੱਕ ਵਰਗਾਰਦੀ ਸਰਾ ਗੁਰੂ ਦਰਬਾਰ ਵਿੱਚ ਜਾ ਹਾਜ਼ਰ ਹੋਏ ਤਾਂ ਗੁਰੂ ਸਾਹਿਬ ਜੀ ਨੇ ਭਾਈ ਫਿਰੂ ਜੀ ਨੂੰ ਝਾੜੀ ਫੜ ਕੇ ਖੜਿਆ ਦੇਖਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਫਿਰੂ ਜੀ ਇਹ ਤੁਸੀਂ ਕੀ ਕਰਤ ਕੀਤਾ ਹੋਇਆ ਹੈ ਆਪਣੀ ਝਾੜੀ ਲੋ ਫੜੀ ਹੈ ਫਿਰੂ ਜੀ ਨੇ ਕਿਹਾ ਗੁਰੂ ਸਾਹਿਬ ਜੀ ਆ ਜਿਹੜੇ ਹੁਕਮ ਦੇ ਪਾਲਾ ਕਰ ਰਿਹਾ ਹਾਂ ਗੁਰਸਾਹਿਬ ਜੀ ਕਹਿ ਲਗੇ ਪਾਈ ਫਿਰੂ ਜੀ ਇਹ ਧਾਰੀ ਸੱਚੀ ਹੈ ਤੁਸੀਂ ਬਾਕੀ ਪਸੰਦਾ ਬਾਗ ਦਸਵੰਦ ਦੀ ਪਰ ਉਹ ਦੁਰਵਰਤੋਂ ਨਹੀਂ ਕੀਤੀ ਬਲਕੇ ਉਸਨੂੰ ਗੁਰਕਾਰ ਪੰਚਾਇਤ ਦੇ ਸਹਾਰੇ ਹੋ ਹੋਲ ਬੈਠਾ ਲੇਖਾ ਕਰ ਕਹਿ ਲਗਾ ਗੁਰਸਾਹਿਬ ਜੀ ਅਨ ਮੇਰੀ ਵਹੀ ਹਾਤੇ ਅਨਸਾਰ ਤਾਂ ਇਹਨਾਂ ਨੇ ਕਦੇ ਇੱਕ ੁੱੱਡੀ ਵੀ ਨਹੀਂ ਭੇਜੀ ਗੁਰੂ ਸਾਹਿਬ ਜੀ ਕਹਿਣ ਲੱਗੇ ਇਹ ਦਸਵੰਦ ਦੀ ਮਾਇਆ ਸਿੱਧੀ ਕਾਜੇ ਕੋਲ ਭੇਜ ਦਿੰਦੇ ਸਨ ਦੇਖਾ ਹਰਾਰ ਹੋ ਕੇ ਕਹਿਣ ਲੱਗਾ ਗੁਰੂ ਸਾਹਿਬ ਜੀ ਸਿੱਧੀ ਕਿੱਥੇ ਭੇਜ ਦਿੰਦੇ ਸਨ ਤੁਹਾਨੂੰ ਜ਼ਰੂਰ ਕੋਈ ਭੁਲੇਖਾ ਲੱਗ ਰਿਹਾ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਫੇਰੂ ਜੀ ਉੱਥੇ ਹੀ ਸਾਰੀ ਮਾਇਆ ਗਰੀਬਾਂ ਦੇ ਲੋੜਵੰਦਾਂ ਦੀ ਸਹਾਇਤਾ ਲਈ ਖਰਚ ਦੇ ਲੇਜ਼ਨ ਅਤੇ ਗਰੀਬਾਂ ਨੂੰ ਗੁਰੂ ਦੀ ਗੋਲ ਹੈ ਇਸ ਤਰ੍ਹਾਂ ਇਹਨਾਂ ਦੀ ਸਾੜੀ ਦੁਨੀਆਂ ਦੀ ਮਾਇਆ ਸਾਡੇ ਕੋਲ ਪਹੁੰਚਦੀ ਰਹੀ ਹੈ ਸਾਰੇ ਸੇਕ ਉਸਾ ਜੀ ਦੇ ਇਹ ਵਜਨ ਸੁਣ ਕੇ ਬੜੇ ਪ੍ਰਸੰਨ ਹੋਏ ਗੁਰੂ ਸਾਹਿਬ ਜੀ ਨੇ ਫਾਈ ਫੇਰੀ ਜਨੋ ਸੰਗਤ ਸਾਹਿਬ ਸੱਚੀ ਸਾੜੀ ਦਾ ਖਤਾ ਬਖਿਆ ਅਤੇ ਉਹਨਾਂ ਨੂੰ ਗੁਰੂ ਕਾ ਜੀ ਬਖਸ਼ਿਸ਼ ਸਰਪਾ ਦੇ ਕੇ ਸਨਮਾਨ ਕੀਤਾ ਪਰ ਬਿਸਾਦ ਜੀ ਨੇ ਬਾਕੀ ਦੇ ਪ੍ਰੇਸ਼ ਹੋ ਚੁਕੇ ਸਾਰੇ ਮਸੰਦਾਂ ਨੂੰ ਬੜੀ ਸਖਤ ਝਾਵਾ ਦਿੱਤੀ ਆ ਅਦੇ ਅਗੋਂ ਬਸੰਦ ਪਤਾ ਸੰਗੜਾਈ ਬੰਦ ਕਰ ਦਿੱਤੀ ਤੇ ਸਾਰੇ ਤੇ ਕਹੋ ਗੁਰੂ ਕੰਦ ਸੰਤ ਗੁਰੂ ਕੰ ਉਚਾਹ ਦਾ ਹੁਕਮ ਕਰ ਦਿੱਤਾ ਸਗੁਰ ਸਾਹਿਬ ਜੀ ਨੇ ਜੋ ਸੰਤ ਬਸਾ ਜੇ ਵਿੱਚ ਬੜੀ ਗਰਾਵਟ ਆ ਚੁਕੀ ਸੀ ਉਹਨੂੰ ਬੰਦ ਕਰ ਦਿੱਤਾ ਗੁਰੂ ਸਾਹਿਬ ਨੇ ਸਿੱਖਾਂ ਕੋਲੋਂ ਮਾਇਆ ਲੈ ਸੇਵਾ ਲੈਣੀ ਸ਼ੁਰੂ ਕਰ ਦਿੱਤੀ ਅਸੀਂ ਵੀ ਕੋਈ ਗੁਰਮਖੋ ਆਪਣੀ ਕਮਾਈ ਜੋ ਦਸਵੰਦ ਕੱਟ ਕੇ ਗੁਰੂ ਦੇ ਦੇਖੇ ਲਾਈਏ ਪਰ ਪ੍ਰਕਾਰ ਤੇ ਦੇਖ ਰਵਾਈਏ ਗੁਰੂ ਸਾਹਿਬ ਅਗੇ ਬਤਾਤੇ ਕਿ ਇਹ ਗੁਰਗੰਸਾ ਵਾਗੇ ਆ ਪਰ ਪ੍ਰਕਾਰ ਦੇ ਕਮਾਵੇ ਆਪਣੀ ਮਾਂ علاوہਗੇ ਸਾਡੀ ਮਾਇਆ ਸਫਲ ਹੋਵੇਗੀ ਔਰ ਕਮਾਈ ਸਫਲ ਹੋ ਗਈ ਅਸੀਂ ਕਾਲ ਖਾਇ ਕੇ ਜੱਥੋਂ ਦੇ ਨਾਨ ਖਰਾ ਪਛਾਣੇ ਤੇ ਇਸ ਉੱਤੇ ਚੱਲਦੇ ਹੋਏ ਆਪਣਾ ਜੀਵਨ ਸਫਲ ਕਰਕੇ ਇਸ ਸੰਸਾਰ ਤੋਂ ਪੁਰਸ਼ਾ ਦੀ ਖੁਸ਼ੀ ਲੈ ਕੇ ਜਾਵਾਂ ਦੇਵ ਸੱਜਣ ਤੇ ਸਿੜੀਆਂ ਹੋਵੇ ਸਾਹਿਬ ਸੋ ਮੇਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ